कसीदा में शुरू कर दिते तो सत्तर मेरी नहीं सुनी गौर नाल। मैं कि जिमें कुरान है उए इमरान है। आज का पहला कसीदा मैं अली दे बाबे दी इज्जत भी है। जिमें कुरान है उए इमरान है। जिमें कुरान है उए इमरान कुल अनान बादशाह हजरत इमरान अली दा बाबा काबे दा काबा खालिक कायनात दी पसंदीदा तरीन शख्सियत शेख बुतोहा हजरत इमरान मेरी अगली सत्तर दुश्मन हजरत इमरान के मुंह के तमाचा तुसा बोलो ना बोलो मैं को अल्लाह दे फरिश्ते इजाद देवन जेड़ा रोजे अजल तू मुसलमान कमाल यार थोड़ी हाँ तू चला रहे हैदरी सर जी ने गौर किया जेड़ा रोज है अजल तू है दरी उच्चे हथ नारा है दरी जेड़ा नारा न मरे सी अगली गल मैं कोई नहीं करनी आप समझ बन नारा है दरी जीवे कुरान जेड़ा रोजे अजल तू मुसलमान जीवे कुरान उमे इमरान जेड़ा रोजे अजल तू मुसलमान उंदे ईमान तेरा शक रहंदा उंदे ईमान तेरा शक रहंदा जेंदा बचड़ा अली कुल ईमान हाथ तुझे ना रहे दरी मजलिस का मकसद है तबलीग मजलिस का मकसद है मैसेज मजलिस का मकसद है इंफॉर्मेशन जेड़ा रोजे अजल तू मुसलमान है। मेरा एक शाहजी लाला जी मेरा एक अपना अकीद है मैं जेड़ा बंदा अली अलैहि सलाम की इज्जत ते रोजाना नारे और सुन के ते दादा देवे अली दे बाबे दा कसीदा वे चुप कर जाए कायनात दा मालिक उंदे ईमान ते तेरा शक रांदा है जेंदा बचड़ा अली कुल्ले ईमान है। मैं वसीम अब्बास सरदार नहीं तुसा अजन भी नहीं अजन भी नहीं हाथ बुलंद कर है दरी तू सिर्फ मौलवी ओ है नूरे जले तू है कम्मे ओ दो जग दा सरदार है।
ਦਾ ਸਰਦਾਰ ਨਸਰੇ ਮਰਤਬਾ ਵਾਲੇ ਦੇ ਮਰਤਬਾ ਪੂਰੀ ਦੁਨੀਆ ਦਾ ਮਾਲਕ ਤੇ ਮੁਖਤਾਰ ਨਸਰੇ ਮਰਤਬਾ ਵਾਲੇ ਦੇ ਮਰਤਬਾ ਪੂਰੀ ਦੁਨੀਆ ਦਾ ਮਾਲਕ ਤੇ ਮੁਖਤਾਰ ਤੂੰ ਸਮਝਦਾ ਵੀ ਹੈ ਤੇ ਮੰਨਦਾ ਵੀ ਤੂੰ ਸਮਝਦਾ ਵੀ ਹੈ ਤੇ ਮੰਨ ਕਿਉਂ ਤੇਰੇ ਅੰਦਰ ਖੜਾ ਐਸਾ ਸ਼ੈਤਾਨ ਅਲੀਨ ਵਲੀਉਲਲਾਹ ਹੈਦਰੀ ਕਸੀਦੇ ਚੋਂ ਕੋਈ ਸ਼ੈ ਲੱਭੇ ਨਾ ਤੇ ਕਸੀਦੇ ਦਾ ਫਾਇਦਾ ਕੋਈ ਨਹੀਂ ਹੁੰਦਾ ਤੂੰ ਸਮਝਦਾ ਵੀ ਏ ਤੇ ਮੰਨਦਾ ਵੀ ਨਹੀਂ ਤੇਰੇ ਅੰਦਰ ਖੜਾ ਐਸਾ ਸ਼ੈਤਾਨ ਹੈ ਐਸਾ ਸ਼ੈਤਾਨ ਹੈ ਸਿਰ ਚਵੇ ਏਡਾ ਵੱਡਾ ਮਿਸਰਾ ਪੜ ਕੇ ਵੇਸਾਂ ਅੱਜ ਸੱਤ ਜ਼ਿਲ ਹਜ ਕੋ ਅਗਲੇ ਸਾਲ ਤੱਕ ਯਾਦ ਨਾ ਰਹੇ ਤੈਲੀ ਦੇ ਬਾਬੇ ਤੂੰ ਪਿੰਨਣ ਦਾ ਕਿਹੜਾ ਲੁਤਫ ਹੈ ਕਰਨੀ ਹੈ ਮੌਲਾ ਹੁਸੈਨ ਦੀ ਗਦਾਗਰੀ ਜਿਹੜੇ ਬਚਪਨ ਤੋਂ ਚੁੱਪ ਹੋ ਜਿਹੜੇ ਤਰੇ ਤਰੇ ਸਾਲ ਤੋਂ ਕਈ ਕੋਈ ਇਵੇਂ ਨਹੀਂ ਵੇਖੀ ਹੁਸ਼ਿਆਰ ਥੀ ਵਾਏ ਮੈਂ ਸ਼ੇਰ ਪਿਆ ਪੜਦਾ ਲੋਗਾ ਦਿਲ ਅਲੀ ਦੇ ਬਾਬੇ ਕਿਆ ਕੀਤਾ ਅਲੀ ਦੇ ਬਾਬੇ ਦੀਨ ਵਾਸਤੇ ਕਿਆ ਕੀਤਾ ਮੈਂ ਪਿਆ ਪੜਦਾ ਉਹ ਨਬੀ ਪਾਲੇ ਉਹ ਅਲੀ ਪਾਲੇ ਉਹਨੇ ਦੁਨੀਆ ਤੇ ਹੁਕਮੇ ਚਲੀ ਪਾਲੇ ਤੁਹਾਡੀ ਮਰਜ਼ੀ ਹੈ ਹੱਥ ਬੁਲਾ ਹੈਦਰੀ ਸਰ ਜੀ ਸੱਤਰ ਤਾਂ ਮੈਂ ਹੁਣ ਇੱਕ ਮਿੰਟ ਚਾਹਤਾ ਜੀ ਬਗੈਰ ਇੱਕ ਮਿੰਟ ਤੁਸੀਂ ਹੌਸਲਾ ਕਰਾਇਆ ਜਰਾ ਸੱਤਰ ਮੈਂ ਹੁਣ ਪੜ੍ਹਨੀ ਹੈ ਅੱਗੇ ਮੈਂ ਸੱਤਰ ਨਹੀਂ ਪੜ੍ਹੀ ਉਹ ਨਬੀ ਪਾ ਲਿਆ ਅੱਲਾ ਦਾ ਨਾ ਸਿਰ ਚਵੇ ਉਹ ਅਲੀ ਪਾ ਲਿਆ ਉਹਨੇ ਦੁਨੀਆ ਤੇ ਹੁਕਮੇ ਜਲੀ ਪਾ ਲਿਆ ਇਸ ਤੋਂ ਮੁਹੱਬਤ ਜ਼ਾਹਿਰ ਹੁੰਦੀ ਹੈ ਅੱਲਾ ਔਰ ਹਜ਼ਰਤ ਇਮਰਾਨ ਦੀ ਤੂੰ ਫਤਵੇ ਲਾਵੇਂ ਕਲਮਾ ਨਹੀਂ ਪੜ੍ਹਿਆ ਸੱਤਰ ਮੈਂ ਹੁਣ ਪੜ੍ਹਨੀ ਹੈ ਮੈਂ ਵੀ ਆ ਪੜ੍ਹਦਾ ਹਾਂ ਨਬੀ ਪਾ ਲਿਆ ਦੁਨੀਆ ਤੇ ਹੁਕਮੇ ਜਲੀ ਪਾ ਲਿਆ ਉਹ ਨਬੂਵਤ ਬਣੀ ਉਹ ਇਮਾਮਤ ਬਣੀ ਇਵੇਂ ਸਮਝੋ ਕਿ ਇਸਲਾਮ ਹੀ ਪਾ ਲਿਆ ਮੈਂ ਰਾਜ਼ੀ ਹਾਂ ਮੈਂ ਮੁਲਤਾਨ ਵਾਲਿਆਂ ਤੇ ਰਾਜ਼ੀ ਹਾਂ ਸਰ ਜੀ ਯਾਰ ਮੈਂ ਤੁਹਾਡੇ ਘਰ ਦਾ ਬੰਦਾ ਤੁਸੀਂ ਕੋਈ ਰੋਜ਼ ਮੇਰੇ ਕੋਲ ਮੈਂ ਨਹੀਂ ਕਦੀ ਆਮ ਤੇ ਪੜ੍ਹਨ ਲੱਗਾ ਮੈਂ ਇਤਨਾ ਆਮ ਤੇ ਪੜ੍ਹਨ ਲੱਗਾ ਤੇ ਤੁਸੀਂ ਇਹ ਹੌਸਲਾ ਅਫਜ਼ਾਈ ਕੀਤੀ ਹੈ ਮੇਰੀ ਇੱਜ਼ਤ ਅਫਜ਼ਾਈ ਕੀਤੀ ਹੈ ਮੇਰੇ ਦਿਲੋਂ ਤੁਹਾਡੇ ਵਾਸਤੇ ਦੁਆ ਹੈ ਮਾਂ ਸ਼ਰਤਾਂ ਹੀ ਮੈਂ ਰਾਜ਼ੀ ਹਾਂ ਉਹ ਨਬੀ ਪਾ ਲਿਆ ਉਹ ਅਲੀ ਪਾ ਲਿਆ ਉਹਨੇ ਦੁਨੀਆ ਤੇ ਹੁਕਮੇ ਜਲੀ ਪਾ ਲਿਆ ਉਹ ਨਬੂਵਤ ਬਣੀ ਉਹ ਇਮਾਮਤ ਬਣੀ ਇਵੇਂ ਸਮਝੋ ਕਿ ਇਸਲਾਮ ਹੀ ਪਾ ਲਿਆ ਰਾਜ਼ੀਆਂ ਮੈਂ ਪਿਆ ਪੜਦਾ ਹਾਂ ਨਬੀ ਪਾ ਲਿਆ ਅਲੀ ਪਾ ਲਿਆ ਉਹਨੇ ਦੁਨੀਆ ਤੇ ਹੁਕਮੇ ਜਲੀ ਪਾ ਲਿਆ ਨਬੂਵਤ ਬਣੀ ਉਹ ਇਮਾਮਤ ਬਣੀ ਇਵੇਂ ਸਮਝੋ ਕਿ ਇਸਲਾਮ ਹੀ ਪਾ ਲਿਆ ਤਾਹੀ ਅਜ਼ਦਾਨ ਆਖਣਾ ਪੈ ਗਏ ਤਾਹੀ ਅਜ਼ਦਾਨ ਆਖਣਾ ਪੈ ਗਏ ਅੱਲਾ ਮਮਨੂਨ ਹੈ ਤੇਰਾ ਇਹਸਾਨ ਨਾਰੇ ਹੈਦਰੀ ਲਓ ਜੀ ਜ਼ਾਕਰੀਨ ਤੁਹਾਡੇ ਸਾਹਮਣੇ ਆ ਗਿਆ ਜਨਾਬੇ ਕਿਬਲਾ ਆਕਿਲ ਰਜ਼ਾ ਜ਼ੈਦੀ ਸਾਹਿਬ ਜਨਾਬੇ ਮੁੰਤਜ਼ਰ ਮਹਿਦੀ ਬਾਬਾ ਜੀ ਇੰਤਜ਼ਾਰ ਸਨ ਅੰਦਰ ਤਸ਼ਰੀਫ ਰੱਖੇ ਹੁੰਦੇ ਬਾਬਾ ਦਰਗਾਮ ਸ਼ਾਹ ਜੀ ਮਜਲਿਸ ਦਾ ਐਂਡ ਕਰੇ ਸਨ ਡੂ ਮੌਲਾ ਦੇ ਟੌਪ ਕਲਾਸ ਆਲਮ ਔਰ ਜ਼ਾਕਿਰ ਮੇਰੇ ਬਾਅਦ ਆ ਗਏ ਪੜਸਨ ਤਾਂ ਉਹ ਵੇਲੇ ਜਿਸ ਵੇਲੇ ਮੈਂ ਲਾਸਾਂ ਹਾਲੀ ਤਾਂ ਮੇਰਾ ਪਹਿਲਾ ਕਸੀਦਾ ਹੈ
اے آدن بھائی سن سو میں کیا سنو گھنٹہ تو سن سو ہوئے نا پل لگے ونجو مل گنا رہے حیدری جناب عاقل زیدی جناب منتظر مہدی میں علی دے باب دی عزت وچ ایو جیا شعر پڑا میں کو اللہ دے فرشتے دی حاضر ویل میں پیا پڑھدا ایک منٹ میرے پاس دکھائے بھائی جان تو سب وے میں پیا دا اے حقیقت نہیں اے اے شریعت وی ای دے کردا دا نام اسلام ہے کرن بولے سو ہاتھ بلند کر کے حیدری بل نعرہ حیدری ہاں جی زندگی ہوئے میں راضی ہے حقیقت بھی ہے یہ شریعت بھی ہے یہ کردار دانا میں اسلام ہے حقیقت بھی ہے شریعت بھی ہے یہ کردار دانا پوری دنیا تے اللہ دا پیغام ہر کی ادا دی وجہ پہنچیا پوری دنیا تے اللہ دا پیغام تو تک ککھ وی نہیں توڑیا مولوی تو تک ککھ وی توڑیا مولوی ایندی ہر شے خدائی تے قربان نعرہ حیدری کوئی طبیعت خوش تھی علی اللہ میاں آپ کو زندگی دے آپ کو اللہ سکھ دے تندرستی دے میرے بانی مجلس یہ علی خان صاحب کے بیٹا یہ بہت عزادار بچہ ہے خالق کائنات اس کو اس کے اقبال بلند فرمائے اس سارے خاندان کو میرا اللہ آباد اور شاد سر جی میں نے آپ کی مجلس کے لیے ایک قصیدہ لکھا ہے وہ میں پڑھ رہا ہوں اس مجلس کے لیے